ਇਸ 1-to-1 ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ 'ਚ ਅੱਜ ਸਾਡੇ ਮਹਿਮਾਨ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ। ਉਹਨਾਂ ਨੇ 1999 ਲੋਕ ਸਭਾ ਚੋਣਾਂ 'ਚ ਯੂਨਾਈਟਿਡ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਸੰਗਰੂਰ ਤੋਂ ਜੇਤੂ ਐਲਾਨੇ ਗਏ ਸਨ। ਬਾਅਦ 'ਚ ਵੱਖਰੇ ਵੱਖਰੇ ਅਕਾਲੀ ਦਲ ਦੇ ਧੜਿਆਂ ਦੇ ਨਾਲ ਵੀ ਜੁੜੇ ਰਹੇ ਨੇ। ਹਾਲ ਹੀ ਵਿੱਚ ਉਹਨਾਂ ਰਾਸ਼ਟਰੀ ਸਿੱਖ ਸੰਗਤ ਨਾਂ ਦੇ ਸੰਗਠਨ 'ਚ ਸ਼ਾਮਲ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਇੱਕ ਅੰਗ ਹੈ ਜੋ ਹਿੰਦੂ ਰਾਸ਼ਟਰ ਲਈ ਵਚਨਬੱਧ ਹੈ। ਇਹ ਉਹਨਾਂ ਕਿਉਂ ਕੀਤਾ, ਉਹ ਸੁਣਦੇ ਹਾਂ ਉਹਨਾਂ ਦੀ ਆਪਣੀ ਜ਼ੁਬਾਨੀ। ਰਾਜਦੇਵ ਸਿੰਘ ਜੀ, ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ। ਤੁਹਾਡਾ ਜਿਹੜਾ ਸਿਆਸੀ ਸਫ਼ਰ ਹੈ ਬਹੁਤ ਦਿਲਚਸਪ ਆ। ਪੇਸ਼ੇ ਵੱਲੋਂ ਤੁਸੀਂ ਵਕੀਲ ਜੇ, ਫਿਰ ਤੁਸੀਂ 99 ਦੇ ਵਿੱਚ 1989 'ਚ ਤੁਸੀਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ। ਹਾਂਜੀ ਹਾਂਜੀ। ਉਹ ਕਿਵੇਂ ਫੈਸਲਾ ਲਿਆ? ਉਹ ਫੈਸਲਾ ਉਸ ਤੋਂ ਪਹਿਲਾਂ ਵੀ ਮੈਂ ਬਚਪਨ ਤੋਂ ਹੀ ਇੱਧਰ ਸਿਆਸਤ ਵੱਲ ਅਤੇ ਖਾਸ ਤੌਰ 'ਤੇ ਸਿੱਖ ਸਿਆਸਤ ਵੱਲ ਪ੍ਰੇਰਿਤ ਸੀ ਜੀ। ਆਪਣੇ ਵਿਦਿਆਰਥੀ ਜੀਵਨ ਤੋਂ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਪ੍ਰਧਾਨ ਰਿਹਾ ਅਤੇ ਜਥੇਦਾਰ ਦਰਸ਼ਨ ਸਿੰਘ ਫੇਰੂਵਾਰ ਨੇ ਜਦੋਂ ਮਰਨ ਵਰਤ ਰੱਖਿਆ ਫਿਰ ਸ਼ਹੀਦੀ ਪ੍ਰਾਪਤ ਕੀਤੀ, ਉਦੋਂ ਵੀ ਮੈਂ ਸਰਗਰਮ ਭੂਮਿਕਾ ਨਿਭਾਈ ਸੀ। ਅਤੇ 1999 ਤੋਂ ਪਹਿਲਾਂ 1978 ਦੇ ਵਿੱਚ ਨਿਰੰਕਾਰੀ ਜਿਹੜਾ ਸੀਗਾ ਉਹ ਕਲੈਸ਼ ਹੋਇਆ ਜੀ। ਉਸ ਤੋਂ ਬਾਅਦ 1984 ਦੇ ਵਿੱਚ ਓਪਰੇਸ਼ਨ ਬਲਿਊ ਸਟਾਰ ਹੋਇਆ। ਉਸ ਦਾ ਹਰੇਕ ਸਿੱਖ ਦੇ ਮਨ ਦੇ ਵਿੱਚ ਬੜਾ ਭਾਰੀ ਜਿਹੜਾ ਸੀ ਰੋਸ ਸੀ, ਅਤੇ ਉਸ ਦੇ ਨਾਲ ਮੈਂ ਸਿੱਖ ਸਿਆਸਤ ਦੇ ਵਿੱਚ ਹੋਰ ਸਰਗਰਮੀ ਦੇ ਨਾਲ ਆ ਗਿਆ। ਅਤੇ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੀ ਬਾਂਹ ਵਿੱਚ ਬਾਂਹ ਪਾ ਕੇ ਲੜਾਈ ਲੜਦੇ ਰਹੇ। ਫਿਰ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੋਗਿੰਦਰ ਸਿੰਘ ਜਿਹੜੇ ਸੀ ਉਹਨਾਂ ਨੇ ਸੰਯੁਕਤ ਅਕਾਲੀ ਦਲ ਕਾਇਮ ਕੀਤਾ, ਜਿਹਨੂੰ ਯੂਨਾਈਟਿਡ ਅਕਾਲੀ ਦਲ ਕਹਿੰਦੇ ਆ, 20 ਮਈ 1985 ਨੂੰ ਜੀ। ਔਰ 89 'ਚ ਜਿਹੜੀ ਤੁਸੀਂ ਇਲੈਕਸ਼ਨ ਲੜੀ ਆ ਉਹ ਬਤੌਰ ਯੂਨਾਈਟਿਡ ਅਕਾਲੀ ਦਲ ਕੈਂਡੀਡੇਟ ਲੜੀ ਤੁਸੀਂ, ਬਤੌਰ ਯੂਨਾਈਟਿਡ ਅਕਾਲੀ ਦਲ ਦੇ ਕੈਂਡੀਡੇਟ। ਬੜੀ ਚੰਗੀ ਜਿੱਤ ਹਾਸਲ ਕੀਤੀ ਤੁਸੀਂ, ਔਲਮੋਸਟ 1 ਲੱਖ ਤੋਂ ਜਿੱਤੇ, 1.5 ਲੱਖ ਤੋਂ ਵੱਧ ਵੋਟਾਂ ਨਾਲ ਮੈਂ ਜਿੱਤ ਹਾਸਲ ਕੀਤੀ। ਇਲੈਕਸ਼ਨ ਤੋਂ ਪਹਿਲਾਂ ਆਸ ਸੀ ਵੀ ਜਿੱਤ ਜਾਓਗੇ? ਵੇਖੋ, ਮੈਨੂੰ ਪੂਰੀ ਆਸ ਸੀ ਕਿ ਇੱਕ ਇਨਕਲਾਬ ਆਇਆ ਹੋਇਆ ਲੋਕਾਂ ਵਿੱਚ, ਸਿੱਖੀ ਦਾ ਇਨਕਲਾਬ ਆਇਆ ਹੋਇਆ, ਜਿਹੜੇ ਸਿੱਖੀ ਦੇ ਨਾਲ ਪ੍ਰੇਰਿਤ ਨੇ, ਸਿੱਖੀ ਨਾਲ ਲੱਗੇ ਹੋਏ ਆ, ਅਤੇ ਉਹਨਾਂ ਦੀ ਉਹ ਜਿੱਤ ਹੋਊਗੀ। ਬਾਅਦ 'ਚ ਤੁਸੀਂ ਫਿਰ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਰਹੇ ਤੁਸੀਂ? ਨਹੀਂ ਜੀ, ਮੈਂ ਅਕਾਲੀ ਦਲ ਅੰਮ੍ਰਿਤਸਰ ਨਾਲ 1 ਦਿਨ ਵੀ ਨਹੀਂ ਜੁੜਿਆ। ਤੁਸੀਂ ਕਦੀ ਸਿਮਰਨਜੀਤ ਸਿੰਘ ਮਾਨ ਦੇ ਜਥੇਬੰਦੀ ਦੇ ਵਿੱਚ ਕਦੀ ਨਹੀਂ ਹੋਏ? ਨਾ, ਬਿਲਕੁਲ ਕਦੇ ਨਹੀਂ ਹੋਇਆ। ਬਲਕਿ ਮੈਂ MP ਹੁੰਦੇ ਹੋਏ ਲੁਧਿਆਣੇ ਦੇ ਵਿੱਚ 2 ਅਗਸਤ 1990 ਨੂੰ ਆਪਣੀ ਅਲੱਗਦਾ ਅਕਾਲੀ ਦਲ ਪੰਥਕ ਕਾਇਮ ਕਰ ਲਿਆ ਸੀ। ਉਹ ਅਕਾਲੀ ਦਲ ਪੰਥਕ ਦਾ ਮੈਂ ਪ੍ਰਧਾਨ ਸੀ, ਡਾਕਟਰ ਸਚੱਤਰ ਸਿੰਘ ਪੰਡੋਰੀ ਜਨਰਲ ਸਚੱਤਰ ਸੀ ਜੇ, ਅਤੇ ਉਸ ਦੇ ਵਿੱਚੋਂ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅਕਾਲੀ ਦਲ ਦੇ ਵਿੱਚੋਂ 6 ਸਾਲ ਦੇ ਲਈ ਅਸੀਂ ਕੱਢਤਾ ਸੀ। ਸੋ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਮੈਂ ਕਦੇ ਨਹੀਂ ਰਿਹਾ। ਅਤੇ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਜੇ 99 ਦੇ ਵਿੱਚ, 99 ਜਿੱਤ ਕੇ ਅਤੇ 90 ਦੇ ਵਿੱਚ ਗਏ ਜੇ? ਨਹੀਂ, 99 'ਚ ਗਏ ਜੀ। ਹਾਂਜੀ, ਉਦੋਂ ਫਿਰ ਕਿਹੜੇ ਕਿਹੜੇ ਮਸਲੇ ਤੁਸੀਂ ਉੱਥੇ ਚੁੱਕਦੇ ਰਹੇ ਪਾਰਲੀਮੈਂਟ ਦੇ? ਦੇਖੋ, ਮੁੱਖ ਤੌਰ 'ਤੇ ਮਸਲਾ ਉੱਥੇ ਪੰਜਾਬ ਦਾ ਚੱਕਿਆ ਗਿਆ, ਜਿਸ ਦੇ ਵਿੱਚ ਜਿਹੜੀ ਮੁੱਖ ਮੰਗ ਜਿਹੜੀ ਜਿਸ 'ਤੇ ਮੈਂ ਬੋਲਿਆ ਅਤੇ ਬੜੀ ਉਸ 'ਤੇ ਬਹਿਸ ਦੇ ਵਿੱਚ ਹਿੱਸਾ ਲਿਆ ਅਤੇ ਲਗਭਗ ਪ੍ਰਵਾਨ ਹੋ ਚੁੱਕੀ ਸੀ, ਉਹ ਸੀ ਕਿ ਹਿੰਦੂ ਸੁਕਸੈਸ਼ਨ ਐਕਟ, ਹਿੰਦੂ ਮਿਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ, ਹਿੰਦੂ ਅਡੋਪਸ਼ਨ ਐਕਟ ਅਤੇ ਹਿੰਦੂ ਮੈਰਿਜ ਐਕਟ। ਇਹ ਚਾਰਾਂ ਨੂੰ ਜਿਹੜਾ ਹੈਗਾ ਇਹ ਸਿੱਖਾਂ 'ਤੇ ਲਾਗੂ ਹੁੰਦੇ ਨੇ, ਇਹਨਾਂ ਨੂੰ ਖਤਮ ਕਰਕੇ ਸਿੱਖ ਮੈਰਿਜ ਐਕਟ, ਸਿੱਖ ਸੁਕਸੈਸ਼ਨ ਐਕਟ ਅਤੇ ਸਿੱਖ ਅਡੋਪਸ਼ਨ ਐਂਡ ਮੇਨਟੀਨੈਂਸ ਐਕਟ, ਇਹ ਜਿਹੜੇ ਅਤੇ ਗਾਰਡੀਅਨਸ਼ਿਪ ਐਕਟ, ਇਹ ਅਲੱਗਦਾ ਬਣਾਏ ਜਾਣ। ਇਹ ਸਮਾਜ 'ਤੇ ਮੈਂ ਬੜਾ ਜ਼ੋਰ ਦਿੱਤਾ ਅਤੇ ਬਾਕੀ ਧਾਰਾ ਜਿਹੜੀ 25 ਵਾਲੀ ਮੰਜ 'ਤੇ ਜ਼ੋਰ ਦਿੱਤਾ। ਅਤੇ ਫਿਰ ਉਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਉਹਦੇ ਜ਼ੁਲਮ 'ਤੇ ਤਸ਼ੱਦਦ ਹੋ ਰਿਹਾ ਸੀ ਉਹਦੇ ਖਿਲਾਫ਼ ਮੈਂ ਬੇਵਾਕ ਹੋ ਕੇ ਬੋਲਿਆ। ਜਿੰਨੇ ਮੇਰੇ ਭਾਸ਼ਣ ਨੇ, ਜਿੰਨੇ ਉਸ 'ਤੇ ਨੇ, ਇਸ 'ਤੇ ਮੈਂ ਜਿੰਨੇ ਉਸ 'ਤੇ ਪੰਜਾਬ ਦੇ ਵਿੱਚ ਉਸ ਸਮੇਂ ਦੇ ਪੁਲਿਸ ਅਫਸਰ ਸੀ ਜਾਂ ਜਿਨ੍ਹਾਂ ਨੇ ਤਸੀਹੇ ਦਿੱਤੇ, ਹੋਰ ਜਿਸ ਤਰ੍ਹਾਂ ਹੁਣ ਸਮੇਤ ਸੈਣੀ ਹੈ ਜਾਂ KPS ਗਿੱਲ ਹੈ, ਇਹਨਾਂ ਦੇ ਖਿਲਾਫ਼ ਮੈਂ ਬੇਵਾਕ ਹੋ ਕੇ ਉਸ ਸਮੇਂ ਬੋਲਦਾ ਰਿਹਾ ਅਤੇ ਉਹਨਾਂ ਜਿਹੜੇ ਨੌਜਵਾਨਾਂ ਦੇ ਹੱਕ ਵਿੱਚ ਬੋਲਦਾ ਰਿਹਾ ਜਿਹੜੇ ਸਿੱਖ ਪੰਥ ਦੇ ਲਈ ਵੱਡੀ ਲੜਾਈ ਲੜ ਰਹੇ ਸੀ। ਤੁਸੀਂ ਭਾਵੇਂ ਕਦੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਮਾਨ ਦੇ ਨਾਲ ਉਸ ਗਰੁੱਪ ਦੇ ਵਿੱਚ ਨਹੀਂ ਰਹੇ, ਪਰ 89 ਦੀਆਂ ਚੋਣਾਂ ਤੋਂ ਬਾਅਦ ਤੁਸੀਂ ਇੱਕ ਸਾਰਾ ਜਿਹੜਾ ਇਕੱਠਾ ਗੁੱਟ ਜਿਹੜਾ ਬਣਿਆ ਸੀਗਾ, ਜਿਹੜਾ ਗੁੱਠ ਬਣਿਆ ਸੀ, ਉਹਦਾ ਤੁਸੀਂ ਹਿੱਸਾ ਸੀ। ਸਿਮਰਨਜੀਤ ਮਾਨ ਨੂੰ ਤੁਸੀਂ ਕਿਹਾ ਵੀ ਤੁਸੀਂ ਤੁਹਾਨੂੰ ਆਉਣਾ ਚਾਹੀਦਾ ਪਾਰਲੀਮੈਂਟ? ਹਾਂਜੀ, ਮੈਂ ਪੁਰਜ਼ੋਰ ਬੇਨਤੀ ਕੀਤੀ ਸੀ ਕਿ ਇਹ ਸਿੱਖ ਭਾਵਨਾਵਾਂ ਦਾ ਅਤੇ ਸਿੱਖ ਆਸਾਂ ਅਤੇ ਉਮੰਗਾਂ ਦਾ ਕਤਲ ਹੋਊਗਾ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਨਹੀਂ ਜਾਂਦੇ, ਤਾਂ ਅਸੀਂ ਕਾਤਲ ਵਜਾਂਗੇ, ਕਿ ਸਿੱਖ ਭਾਵਨਾਵਾਂ ਦਾ ਕਤਲ ਕਰ ਰਹੇ ਹੋਵਾਂਗੇ। ਉਸ ਤੋਂ ਬਾਅਦ ਜਦੋਂ ਅੰਮ੍ਰਿਤਸਰ ਦੀ ਡੈਕਲਰੇਸ਼ਨ ਆਈ ਆ
ਪਿੱਛੇ ਜੀ ਇਹਦੇ ਬਾਰੇ ਇੱਕ ਵਿਚ ਆਲੋਚਨਾ ਵੀ ਵਿਚਾਰ ਚਰਚਾ ਵੀ ਹੋਈ ਆ, ਤੁਸੀਂ ਉਹਦੇ ਨਾਲ ਵੀ ਸਹਿਮਤ ਸੀਗੇ? ਦੇਖੋ ਉਸ ਸਮੇਂ ਉਹ ਡੈਕਲੇਰੇਸ਼ਨ ਜਿਹੜੀ ਹੈ ਮੈਂ ਉਹਦਾ ਹਿੱਸਾ ਨਹੀਂ ਸੀ, ਨਾ ਮੇਰੇ ਨਾਲ ਕੋਈ ਸਲਾਹ ਕੀਤੀ ਗਈ ਹੈ, ਨਾ ਮੈਂ ਉੱਥੇ ਮੌਜੂਦ ਸੀ। ਸੋ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣ ਦਾ ਕੋਈ ਇਹੋ ਜਿਹਾ ਸਮਾਂ ਹੀ ਨਹੀਂ ਆਇਆ ਮੇਰੇ ਦੇ ਲਈ, ਨਾ ਮੈਨੂੰ ਬੁਲਾਇਆ ਗਿਆ ਉੱਥੇ, ਨਾ ਮੈਨੂੰ ਕਿਹਾ ਗਿਆ, ਨਾ ਦੱਸਿਆ ਗਿਆ ਕਿ ਕਿਹੜੀ ਅੰਮ੍ਰਿਤਸਰ ਡੈਕਲੇਰੇਸ਼ਨ ਹੈ। ਇਹ ਜਿਹੜੇ 7 ਲੀਡਰਾਂ ਨੇ ਕਰੀ, ਉਹ 7 ਲੀਡਰ ਇਸ ਲਈ ਜ਼ਿੰਮੇਵਾਰ ਸੀ, ਮੈਂ ਉਸ ਦਾ ਹਿੱਸਾ ਨਹੀਂ ਸੀ। ਪਰ ਤੁਸੀਂ ਜਿਹੜੀ ਇਹ ਹੁਣ ਵੱਖਰੇ ਸਿੱਖ ਰਾਜ ਦੀ ਗੱਲ ਚੱਲਦੀ ਆ, ਕੀ ਇਹਦੇ ਨਾਲ ਤੁਸੀਂ ਸਹਿਮਤੀ ਰੱਖਦੇ? ਦੇਖੋ ਜੀ, ਵੱਖਰਾ ਸਿੱਖ ਰਾਜ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ। ਉਹ ਜਿਹੜਾ ਖਾਲਸਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹੀ ਸਿੱਖ ਰਾਜ ਹੋ ਸਕਦਾ। ਉਹਦਾ 80% ਹਿੱਸਾ ਇਹ ਹੁਣ ਪਾਕਿਸਤਾਨ 'ਚ ਹੈ ਜੀ, ਜਿਹੜਾ ਹਿੰਦੁਸਤਾਨ ਦੇ ਵਿੱਚ ਸਿਰਫ 20% ਹਿੱਸਾ ਹੈ। ਅਤੇ ਜਿਹੜੀ ਮੰਝ ਜਿਹੜੀ ਹੈ ਵੀ ਵੱਖਰੇ ਰਾਜ ਦੀ ਮੰਝ ਹੈ, ਵੱਖਰਾ ਰਾਜ ਇਕੱਲੇ ਹਿੰਦੁਸਤਾਨ 'ਚ ਤਾਂ ਕਾਇਮ ਨਹੀਂ ਹੋਣਾ, ਨਾ ਉਹ ਕਾਇਮ ਹੋ ਸਕਦਾ। ਜੇ ਅਸਲੀ ਖਾਲਸਾ ਰਾਜ ਲੈਣਾ, ਨਨਕਾਣਾ ਸਾਹਿਬ, ਡੇਰਾ ਸਾਹਿਬ, ਪੰਜਾ ਸਾਹਿਬ, ਜਿਹੜੇ ਕਰਤਾਰਪੁਰ, ਜਿੰਨੇ ਵੱਡੇ ਵੱਡੇ ਸਾਡੇ ਗੁਰੂ ਧਾਮ ਨੇ, ਵੱਡੇ ਵੱਡੇ ਇਤਿਹਾਸਕ ਅਥਾਨ ਨੇ, ਉਹ ਸਾਰੇ ਪਾਕਿਸਤਾਨ 'ਚ ਨੇ। ਰਾਜਚਰੇ ਦੇ ਸਿਧਾਂਤ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਅਤੇ ਖਾਲਸਾ ਤਾਂ ਆਪਣਾ ਰਾਜ ਜਿਹੜਾ ਹੈਗਾ ਉਹ ਚਾਹੁੰਦਾ ਹੀ ਹੈ, ਅਤੇ ਕੋਈ ਇਹੋ ਜਿਹਾ ਤਾਂ ਹੁੰਦਾ ਨਹੀਂ ਜਿਹੜਾ ਨਾ ਚਾਹੇ। ਪਰੰਤੂ ਉਹ ਵੱਖਰਾ ਰਾਜ ਕਿਹੜਾ ਹੋਊ, ਕਿਹੜਾ ਹਿੱਸਾ ਹੋਊ, ਉਹਦੀ ਭੂਗੋਲਿਕ ਸਥਿਤੀ ਕੀ ਹੋਊ, ਅਤੇ ਉਹ ਕਿਵੇਂ ਹੋਊ, ਉਹ ਤਾਂ ਪਹਿਲਾਂ ਦੱਸਣਾ ਬਹੁਤ ਜ਼ਰੂਰੀ ਹੈ। ਉਹ ਤੋਂ ਦੱਸ ਨਹੀਂ ਰਿਹਾ, ਉਹੀ ਵੱਖਰਾ ਰਾਜ ਕਰੀ ਜਾਂਦਾ। ਵੱਖਰਾ ਰਾਜ ਕਿੱਥੇ, ਬਿਹਾਰ 'ਚ ਬਣਨਾ ਜਾਂ ਉੱਤਰ ਪ੍ਰਦੇਸ਼ 'ਚ ਬਣਨਾ ਜਾਂ ਵੱਖਰਾ ਰਾਜ, ਤਾਂ 80% ਜਿਹੜਾ ਹੈ ਉਹ ਪਾਕਿਸਤਾਨ 'ਚ ਪਿਆ। ਇਹ ਗੱਲ ਨੂੰ ਕੋਈ ਸੋਚਦਾ ਨਹੀਂ ਹੈ ਵੀ ਵੱਖਰਾ ਰਾਜ ਕਿੱਥੇ ਬਣਨਾ, ਲਾਹੌਰ ਸਾਡੀ ਰਾਜਧਾਨੀ ਸੀ। ਸੋ ਇਹ ਗੱਲ ਤੁਸੀਂ ਕਦੀ ਸਿਮਰਨਜੀਤ ਸਿੰਘ ਮਾਨ ਨਾਲ ਕਰਨ ਦੀ ਕੋਸ਼ਿਸ਼ ਕੀਤੀ? ਹਰ ਵੇਲੇ ਕਰੀਏ ਜੀ, ਜਿਹੜੀ ਵੀ ਮੀਟਿੰਗ ਜਦੋਂ ਅਸੀਂ ਇਕੱਠੇ ਸੀ, ਉਹ ਤੋਂ ਬਾਅਦ ਤਾਂ ਕਰਨ ਦਾ ਕੋਈ ਮੌਕਾ ਹੀ ਨਹੀਂ ਸੀ ਜੀ, ਜਦੋਂ ਅੱਡ ਹੋ ਗਏ। ਜਿੰਨਾ ਚਿਰ ਇਹਨਾਂ ਦੇ ਅਸੀਂ ਇੱਕੋ ਧੜੇ ਦੇ ਵਿੱਚ ਰਹੇ ਹਾਂ, ਉਸ ਤਰ੍ਹਾਂ ਸਾਡੀ ਜਿਹੜੀ ਇਹ ਪਾਰਲੀਮੈਂਟਰੀ ਪਾਰਟੀ ਸਾਂਝੀ ਸੀ, ਉਹਨਾਂ ਚਿਰ ਮੈਂ ਗੱਲਾਂ ਕਰਦਾ ਰਹੇ। 3 ਸਾਲ ਪਹਿਲਾਂ 2012 'ਚ ਤੁਸੀਂ ਅਕਾਲੀ ਦਲ ਬਾਦਲ 'ਚ ਵੀ ਸ਼ਾਮਿਲ ਹੋ ਗਏ ਸੀ? ਦੇਖੋ, ਸ਼ਾਮਿਲ ਨਹੀਂ ਹੋਇਆ ਸੀ ਉਸ ਸਮੇਂ, ਮੈਨੂੰ ਇਹਨਾਂ ਨੇ ਆਪਦੀ ਪੋਲੀਟੀਕਲ ਅਫੇਅਰ ਕਮੇਟੀ ਦਾ ਮੈਂਬਰ ਬਣਾ ਲਿਆ ਸੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਵੀ ਇਹਨਾਂ ਨੇ ਸ਼ਾਮਿਲ ਹੋਣ ਤੋਂ ਨਾ ਕਰਤੀ, ਇਹ ਟਕਸਾਲੀ ਅਕਾਲੀ ਨੇ, ਸ਼ੁਰੂ ਤੋਂ ਅਕਾਲੀ ਨੇ, ਅਤੇ ਅਕਾਲੀਆਂ ਦਾ ਕੋਈ ਪ੍ਰਧਾਨ ਹੋ ਗਿਆ ਨਾ ਹੋ ਗਿਆ, ਅਸੀਂ ਇਹਨਾਂ ਨੂੰ ਸਿਆਸੀ ਜਿਹੜੀ ਹੈਗੀ ਇਹ ਮਾਮਲਿਆਂ ਵਾਲੀ ਕਮੇਟੀ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸ਼ਾਮਿਲ ਹੋਣ ਦਾ ਮੈਂ ਕੋਈ ਐਲਾਨ ਨਹੀਂ ਕੀਤਾ ਸੀ। ਜਿਹੜਾ ਤੁਸੀਂ ਹੁਣ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਸ਼ਾਮਿਲ ਹੋਏ ਜੇ, ਇਹ ਫੈਸਲਾ ਕਿਉਂ ਲਿਆ? ਇਹ ਫੈਸਲਾ ਮੈਂ ਤਾਂ ਲਿਆ ਕਿ 1947 ਤੋਂ ਸਿੱਖ ਲੀਡਰਸ਼ਿਪ ਨੇ ਸਿੱਖਾਂ ਨੂੰ ਬਰਬਾਦ ਕਰਿਆ। ਪਹਿਲਾਂ ਪਾਕਿਸਤਾਨ ਬਣਾਇਆ, ਲੱਖਾਂ ਸਿੱਖ ਮਾਰੇ ਗਏ, ਅਤੇ ਲੱਖਾਂ ਸਿੱਖਾਂ ਦੀਆਂ ਜਿਹੜੀਆਂ ਸੀ ਸਿੰਘਣੀਆਂ ਦੀ ਉਹ ਬੇਪਤੀ ਹੋਈ, ਹਜ਼ਾਰਾਂ ਲੱਖਾਂ ਬੱਚੇ ਮਾਰੇ ਗਏ, ਘਰ ਬਾਰ ਉਜੜ ਗਏ, ਜਾਇਦਾਦਾਂ ਛੱਡ ਕੇ ਉਹਨਾਂ ਨੂੰ ਛੱਡ ਕੇ ਭੱਜਣਾ ਪਿਆ। ਉਸ ਸਮੇਂ ਸਿੱਖ ਲੀਡਰਸ਼ਿਪ ਕੋਈ ਫੈਸਲਾ ਨਹੀਂ ਲੈ ਸਕੀ, ਨਾ ਤਾਂ ਉਹ ਆਜ਼ਾਦ ਰਾਜ ਦਾ ਫੈਸਲਾ ਲੈ ਸਕੀ, ਉਸ ਸਮੇਂ ਮੌਕਾ ਸੀ, ਨਾ ਉਹ ਮੁਸਲਿਮ ਲੀਗ ਨਾਲ ਮਿਲਣ ਦਾ ਫੈਸਲਾ ਲੈ ਸਕੀ। ਉਹ ਹਿੰਦੁਸਤਾਨ ਨਾਲ ਤਾਂ ਇਹਨਾਂ ਨੇ ਉਹਨਾਂ ਨੂੰ ਮਿਲਾ ਤਾ, ਇਹ ਆਪਣੇ ਕਦੇ ਕਾਂਗਰਸ ਵਿੱਚ ਸ਼ਾਮਿਲ ਹੋ ਜਾਂਦੇ ਸੀ, ਕਦੇ ਕਾਂਗਰਸ ਤੋਂ ਬਾਹਰ ਨਿਕਲ ਆਉਂਦਾ ਸੀ ਜਿਹੜਾ ਅਕਾਲੀ ਦਲ ਹੈ, ਕਦੇ ਕਹਿੰਦਾ ਸੀ ਅਸੀਂ ਧਾਰਮਿਕ ਮਾਮਲਿਆਂ ਬਾਰੇ ਹੈ, ਰਾਜਨੀਤੀ ਅਸੀਂ ਕਾਂਗਰਸ ਨੂੰ ਦਿੱਤੀ। ਉਹ ਬਰਬਾਦੀ ਤੋਂ ਅਸੀਂ ਅੱਜ ਤੱਕ ਉੱਠ ਨਹੀਂ ਸਕੇ। ਫਿਰ 1966 ਦੇ ਵਿੱਚ ਇਹਨਾਂ ਨੇ ਪੰਜਾਬੀ ਸੂਬਾ ਬਣਾਇਆ, ਬੜਾ ਵੱਡਾ ਅੰਦੋਲਨ ਕਰਕੇ ਉਹ ਪੰਜਾਬੀ ਸੂਬਾ ਜਿੱਥੇ ਰੋਹਤਕ ਤੱਕ ਇੱਕ ਸਿੱਖ ਬਣੇ ਵਾਲੇ ਵਿਅਕਤੀ ਨੂੰ ਪੂਜਿਆ ਜਾਂਦਾ ਸੀ, ਇਹਨਾਂ ਨੇ ਪੰਜਾਬ ਦਾ ਵੱਡਾ ਹਿੱਸਾ ਸਾਤੋਂ ਅੱਡ ਕਰਤਾ। ਚੰਡੀਗੜ੍ਹ ਜਿਹੜਾ ਸੀ ਉਹ ਯੂਨੀਅਨ ਟੈਰੀਟਰੀ ਬਣ ਗਈ, ਜਿਹੜਾ ਥਾਂ ਇਹ ਕੁੱਲੂ ਵਗੈਰਾ ਜਿਹੜੇ ਹੋਰ ਥਾਂ ਸੀ, ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਸੀ, ਉਹ ਜਾ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮਿਲਾ ਤੇ ਜੀ। ਉਸ ਸਮੇਂ ਇੰਨੀ ਬਰਬਾਦੀ ਹੋਈ ਸਿੱਖਾਂ ਦੀ, ਜ਼ਿਆਦਾ ਸਿੱਖ ਅਫਸਰ ਸੀ ਜਿਹੜਾ ਇਹ ਯੂਨਾਈਟਿਡ ਪੰਜਾਬ ਸੀ ਉਹਦੇ ਸਿੱਖ ਅਫਸਰ ਸੀ, ਅਤੇ ਉਹਦੇ 'ਚ ਸਿੱਖ ਚੀਫ ਮਿਨਿਸਟਰ ਹੁੰਦਾ ਸੀ ਹਰੇਕ ਸਮੇਂ। ਉਸ ਦੇ ਬਾਵਜੂਦ ਇਹ ਅੱਡ ਕਰਕੇ ਇਹਨਾਂ ਨੂੰ ਸਿੱਖਾਂ ਨੂੰ ਬਰਬਾਦੀ ਵੱਲ ਧੱਕਤਾ। ਪਰ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ ਉਹ ਰਾਸ਼ਟਰੀ ਸਵਯੰ ਸੇਵਕ ਸੰਘ ਦਾ ਹਿੱਸਾ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਆਰਐਸਐਸ ਜਿਹੜੀ ਹਿੱਸਾ ਨਹੀਂ, ਉਹਦੀ ਬ੍ਰਾਂਚ ਹੈ, ਮਤਲਬ ਸਿੱਖਾਂ ਦਾ ਜਿਹੜਾ ਹੈ ਉਹ ਲਹਿਦਾ ਬ੍ਰਾਂਚ ਬਣਾਈ ਹੋਈ, ਉਹਦੀ ਬ੍ਰਾਂਚ ਆ। ਸੋ ਇਹ ਜਿਹੜੀ ਆਰਐਸਐਸ ਆ ਇਹ ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ, ਤੁਸੀਂ ਜਿਹੜੀ ਹੁਣ ਤੱਕ ਵਿਚਾਰਧਾਰਾ 'ਚ ਰਹੇ ਜੇ ਉਹਦੇ ਨਾਲ ਇੱਕ ਬਿਲਕੁਲ ਤੁਸੀਂ ਪਲਟੀ ਨਹੀਂ ਖਾਧੀ? ਬਿਲਕੁਲ ਪਲਟੀ ਨਹੀਂ ਖਾਧੀ ਜੀ, ਉਹੀ ਵਿਚਾਰਧਾਰਾ। ਇਹ ਇਸ ਤੋਂ ਪਹਿਲਾਂ 7 ਮਹੀਨੇ ਸਾਡੀ ਵਾਰਤਾ ਚੱਲੀ ਰਾਸ਼ਟਰੀ ਸਿੱਖ ਸੰਘ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਮੈਂ ਸਾਰੇ ਅਖਬਾਰਾਂ 'ਚ ਵੀ ਐਲਾਨ ਕਰਿਆ, ਅੱਜ ਵੀ ਐਲਾਨ ਕਰਦਾ, ਇਹ ਗੱਲ ਉਹਦੇ ਮਿਥੀ ਗਈ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਹ ਕੇਸਾਧਾਰੀ ਹਿੰਦੂ ਨਹੀਂ ਹਨ, ਨਾ ਉਹ ਹਿੰਦੂ ਧਰਮ ਦਾ ਹਿੱਸਾ ਨੇ, ਨਾ ਕਿਸੇ ਹਿੰਦੂ ਰੋ ਰੀਤੀ ਵਿੱਚ ਸਾਡਾ ਵਿਸ਼ਵਾਸ ਹੈ, ਮੇਰਾ ਅੱਜ ਬਿਲਕੁਲ ਵਿਸ਼ਵਾਸ ਨਹੀਂ।
ਜੇ ਮੈਨੂੰ ਕਹੇ ਜੀ ਆਹ ਹਿੰਦੂ ਰੋ ਰੀਤੀ ਅਪਣਾ ਲਓ ਅਸੀਂ ਬਿਲਕੁਲ ਨਹੀਂ ਅਪਣਾਵਾਂਗੇ, ਜੇ ਕਹੋ ਮੁੰਦਰੀ ਪਾ ਲਓ ਮੁੰਦਰੀ ਪਾਉਣ ਨੂੰ ਤਿਆਰ ਨਹੀਂ ਹੱਥਾਂ ਦੇ ਵਿੱਚ, ਇੰਨਾ ਸਾਡਾ ਕੱਟੜ ਵਿਚਾਰ ਹੈ ਇਸ ਗੱਲ ਦੇ ਵੱਲ। ਸੋ ਹਿੰਦੂ ਧਰਮ ਜਿਹੜਾ ਇਹ ਕਹਿੰਦੇ ਹਨ ਕਿ ਹਿੰਦੂ ਧਰਮ ਦੇ ਵਿੱਚ ਚਲੇ ਗਏ ਜਾਂ ਹਿੰਦੂ ਰਾਜ ਉਹ ਕਾਇਮ ਕਰਨਾ ਚਾਹੁੰਦੇ ਨੇ, ਉਹ ਤਾਂ ਸਿੱਖਾਂ ਨੂੰ ਆਪਦੇ ਸਿਰ ਦਾ ਤਾਜ ਬਣਾਉਂਦੇ ਨੇ। ਉਹ ਕਹਿੰਦੇ ਆ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾ ਹੁੰਦੇ ਤਾਂ ਇਹ ਸੱਭਿਅਤਾ ਅਤੇ ਇਹ ਸਾਡਾ ਹਿੰਦੂ ਧਰਮ ਇਹ ਕਾਇਮ ਨਹੀਂ ਰਹਿ ਸਕਦਾ ਸੀ। ਇੱਕ ਹਿੰਦੂ ਦਾ ਸਤਿਕਾਰ ਕਰਨਾ ਜਿਹੜਾ ਪੱਕਾ ਹਿੰਦੂ ਹੈ, ਉਹ ਤਾਂ ਸੰਤ ਪਿੰਡਰਾਂ ਵਾਲੇ ਵੀ ਕਹਿੰਦੇ ਸੀ ਵੀ ਜਿਹੜਾ ਧੋਤੀ ਪਾਉਂਦਾ ਅਤੇ ਬੋਧੀ ਰੱਖਦਾ ਅਤੇ ਉਹ ਜਨੇਊ ਅਤੇ ਜਨੇਊ ਪਾਉਂਦਾ ਅਤੇ ਚਾਰ ਤਿਲਕ ਲਾਉਂਦਾ ਅਤੇ ਉਹ ਤੰਬਾਕੂ ਦਾ ਸੇਵਨ ਨਹੀਂ ਕਰਦਾ, ਮੈਂ ਉਸ ਹਿੰਦੂ ਨੂੰ ਗੋਲਡ ਮੈਡਲ ਦੇਊਂਗਾ, ਉਹ ਮੇਰਾ ਸਕਾ ਭਾਈ ਹੈ। ਇਹ ਗੱਲ ਸੰਤ ਪਿੰਡਰਾਂ ਵਾਲੇ ਕਹਿੰਦੇ ਸੀ। ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਤਿਲਕ ਲਈ ਅਤੇ ਜਨੇਊ ਦੇ ਲਈ ਸ਼ਹਾਦਤ ਦਿੱਤੀ ਸੀ। ਇਸ ਦੇ ਲਈ ਜਿਹੜਾ ਸਾਡੇ ਬਜ਼ੁਰਗ ਜਿਹੜੇ ਚੌਧਰੀ ਹਰੀ ਰਾਮ ਸਾਡੀ 13ਵੀਂ ਪੀੜ੍ਹੀ ਦੇ ਵਿੱਚੋਂ ਉਹ ਸਨਾਤਨੀ ਹਿੰਦੂ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਬਾਰਕ ਹੱਥਾਂ ਨਾਲ ਉਹ ਅੰਮ੍ਰਿਤ ਛੱਕ ਕੇ 1699 ਦੇ ਵਿੱਚ ਉਹ ਜਥੇਦਾਰ ਗੜਜੱਜ ਸਿੰਘ ਬਣੇ ਅਤੇ ਚੱਪੜ ਚਿੜੀ ਦੀ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਲੜਦੇ ਹੋਏ ਉਹ ਸ਼ਹੀਦ ਹੋਏ। ਸਾਡਾ ਪਿਛੋਕੜ ਜਿਹੜਾ ਸੀ ਉੱਥੋਂ ਸੀ, ਪਰੰਤੂ ਉਸ ਸਮੇਂ ਦੇ ਵਿੱਚ ਅਸੀਂ ਬਿਲਕੁਲ ਉਹ ਰੋ ਰੀਤ ਅਪਣਾਈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਸੀਗਾ। ਸੋ ਹਿੰਦੂ ਬਣਨ ਦਾ ਤਾਂ ਮਤਲਬ ਹੀ ਨਹੀਂ, ਨਾ ਹਿੰਦੂ ਰਾਜ ਦਾ ਕੋਈ ਮਤਲਬ ਹੈ, ਅਸੀਂ ਤਾਂ ਸਿੱਖ ਰਾਜ ਚਾਹੁੰਦੇ ਹਾਂ ਅਤੇ ਰਾਸ਼ਟਰੀ ਸਿੱਖ ਸੰਗਠਨ ਹੈ ਜਿਹੜਾ ਉਹ ਸਿੱਖ ਰਾਜ ਚਾਹੁੰਦਾ, ਜਿਹੜਾ ਰੋਜ਼ ਅਸੀਂ ਅਰਦਾਸ ਕਰਦੇ ਹਾਂ ਕਿ ਰਾਜ ਕਰੇਗਾ ਖਾਲਸਾ, ਉਸ ਸਿਧਾਂਤ 'ਤੇ ਅਸੀਂ ਪਹਿਰਾ ਦਿੰਦੇ ਹਾਂ। ਇੱਥੇ ਅਸੀਂ ਰੁਕ ਰਹੇ ਹਾਂ ਇੱਕ ਬ੍ਰੇਕ ਵਾਸਤੇ, ਬ੍ਰੇਕ ਤੋਂ ਬਾਅਦ ਸਾਬਕਾ MP ਰਾਜਦੇਵ ਸਿੰਘ ਨਾਲ ਗੱਲਬਾਤ ਜਾਰੀ ਰੱਖਾਂਗੇ। ਵੈਲਕਮ ਬੈਕ, ਅਸੀਂ ਗੱਲ ਕਰ ਰਹੇ ਹਾਂ ਰਾਜਦੇਵ ਸਿੰਘ ਖਾਲਸਾ ਨਾਲ। ਮੈਨੂੰ ਯਾਦ ਹੈ ਰਾਜਦੇਵ ਸਿੰਘ ਜੀ, 2013 ਦੇ ਵਿੱਚ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੇ ਪਿੰਡ ਰੋਡੇ 'ਚ ਇੱਕ ਫੰਕਸ਼ਨ ਅਟੈਂਡ ਕੀਤਾ ਸੀ, ਉਹ ਸ਼ਾਇਦ ਬਲਜੀਤ ਸਿੰਘ ਦਾਦੂਵਾਲ ਵਾਸਤੇ ਫੰਕਸ਼ਨ। ਸੰਤ ਬਲਜੀਤ ਸਿੰਘ ਦਾਦੂਵਾਲ ਦਾ ਜੀ। ਤੁਹਾਨੂੰ ਲੱਗਦਾ ਵਾ ਜੇ ਸੰਤ ਪਿੰਡਰਾਂਵਾਲੇ ਅੱਜ ਹੁੰਦੇ ਜਾਂ ਬਲਜੀਤ ਦਾਦੂਵਾਲ, ਬਲਜੀਤ ਸਿੰਘ ਦਾਦੂਵਾਲ ਜਿਹੜੇ ਆ, ਉਹਨਾਂ ਨੇ ਤੁਹਾਡੀ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਜਿਹੜੀ ਸ਼ਾਮਿਲ ਹੋਣ ਦੀ ਤੁਸੀਂ ਜਿਹੜਾ ਫੈਸਲਾ ਲਿਆ ਵਾ, ਇਹਦੀ ਹਮਾਇਤ ਕਰਨੀ ਸੀ? ਦੇਖੋ ਬਿਲਕੁਲ, ਮੈਂ ਜਿਹੜੀ ਸਪਸ਼ਟ ਗੱਲ ਕਰਦਾ ਹਾਂ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਾ ਰਿਹਾ ਅਤੇ ਅੱਜ ਵੀ ਦੇ ਰਿਹਾ। ਸੰਤ ਜਰਨੈਲ ਸਿੰਘ ਖਾਲਸਾ ਨੂੰ ਸਿੱਖ ਪੰਥ ਕਦੇ ਨਹੀਂ ਭੁੱਲ ਸਕਦਾ, ਜਿਹੜੀ ਮਹਾਨ ਕੁਰਬਾਨੀ ਉਹਨਾਂ ਨੇ ਪੰਥ ਲਈ ਕਰੀ ਹੈ, ਜਿਹੜੇ ਉਹਨਾਂ ਦੇ ਸਿਧਾਂਤ ਸੀ ਉਹਨਾਂ ਦੇ ਸਿਧਾਂਤਾਂ 'ਤੇ ਰਾਸ਼ਟਰੀ ਸਿੱਖ ਸੰਗਤ ਪਹਿਰਾ ਦੇਵੇਗੀ, ਪਹਿਰਾ ਦੇ ਰਹੀ ਹੈ ਅਤੇ ਹੁਣ ਵੀ ਦੇ ਰਹੀ ਹੈ। ਅਤੇ ਜਦੋਂ ਉਹਨਾਂ ਸਿਧਾਂਤਾਂ 'ਤੇ ਪਹਿਰਾ ਦੇਣਾ ਅਤੇ ਪਹਿਰਾ ਦੇ ਰਹੇ ਹੋਵਾਂਗੇ ਅਤੇ ਜੇ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਹੁੰਦੇ ਉਹ ਕਿਉਂ ਨਾ ਹਮਾਇਤ ਕਰਦੇ? ਸੰਤ ਦਾਦੂਵਾਲ ਜਿੱਦਾਂ ਨੇ, ਉਹਨਾਂ ਦੀ ਆਪਦੀ ਹਸੀਅਤ ਹੈ, ਉਹਨਾਂ ਦੇ ਆਪਦੇ ਖਿਆਲ ਨੇ, ਮੈਂ ਉਸ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। 2004 ਦੇ ਵਿੱਚ, ਅੱਜ ਤੋਂ 10-11 ਸਾਲ ਪਹਿਲਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਹੋਰ ਕੁਝ ਜਥੇਦਾਰਾਂ ਨੇ ਇੱਕ ਚਿੱਠੀ ਜਾਰੀ ਕੀਤੀ ਸੀ, ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ, ਜਿਹ 'ਚ ਉਹਨਾਂ ਨੇ ਕਿਹਾ ਸੀਗਾ ਕਿ ਰਾਸ਼ਟਰੀ ਸਿੱਖ ਸੰਗਤ ਸਿੱਖ ਵਿਰੋਧੀ ਕੰਮ ਕਰ ਰਹੀ ਹੈ। ਦੇਖੋ ਉਸ ਦੇ ਵਿੱਚ ਗੱਲ ਇਹ ਹੈ ਕਿ ਜਥੇਦਾਰਾਂ ਨੇ ਜਿਹੜਾ ਕੀਤਾ ਹੈ ਉਹ ਕਿਸ ਤਰ੍ਹਾਂ ਬਾਦਲ ਨੇ ਕਰਾ ਲਿਆ ਜਾਂ ਨਾ ਕਰਾ ਲਿਆ, ਮੈਂ ਤਾਂ ਉਹ ਪੜ੍ਹਿਆ ਨਹੀਂ ਕਿਸੇ ਸਮੇਂ, ਪਰੰਤੂ ਜੇ ਕੋਈ ਹੁਕਮਨਾਮਾ ਜਾਰੀ ਕਰਨਾ ਸੀ ਤਾਂ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਮਾਰਤੇ ਉਹ ਕਾਂਗਰਸ ਦੇ ਖਿਲਾਫ਼ ਜਾਰੀ ਕਰਨਾ ਸੀ। ਜੇ ਇਹੋ ਜਿਹੇ ਜਥੇਦਾਰ ਨੇ ਜਿਹੜੇ ਕਾਂਗਰਸ ਦੇ ਖਿਲਾਫ਼ ਕੋਈ ਹੁਕਮਨਾਮਾ ਜਾਰੀ ਨਹੀਂ ਕਰਦੇ, ਸਿੱਖਾਂ ਦੇ ਖੂਨ ਨਾਲ ਉਹਨਾਂ ਨੇ ਦਿੱਲੀ ਰੰਗਤੀ ਅਤੇ ਹਿੰਦੁਸਤਾਨ ਦੇ ਸਾਰੇ ਵੱਡੇ ਸ਼ਹਿਰ ਰੰਗਤੇ, ਅਤੇ ਕੋਈ ਰਾਸ਼ਟਰੀ ਸਵੰਮ ਸੇਵਕ ਸੰਘ ਨੂੰ ਕਹਿੰਦੇ ਆ ਵੀ ਸਿੱਖਾਂ ਦੇ ਵਿਰੁੱਧ ਹੈ, ਇੱਕ ਵੀ RSS ਦੇ ਵਰਕਰ ਦਾ ਨਾਂ ਕਿਸੇ ਸਿੱਖ ਗਵਾਰ ਨੇ ਕਿਸੇ ਅਦਾਲਤ 'ਚ ਨਹੀਂ ਲਿੱਤਾ। 1984 ਦੇ ਇੰਨੇ ਕੇਸ ਚੱਲੇ ਨੇ, ਕਿਸੇ ਇੱਕ ਦਾ ਨਾਂ ਵੀ ਨਹੀਂ ਲਿੱਤਾ। ਉਹਨਾਂ ਨੇ ਤਾਂ ਰਾਹਤ ਕੈਂਪ ਲਾਏ ਨੇ, ਜਿਹੜੀ ਗੱਲ ਹੈ ਹੀ ਨਹੀਂ। ਪਰ ਇਹ ਤਾਂ ਹਕੀਕਤ ਆ ਕਿ ਜਥੇਦਾਰਾਂ ਨੇ, ਸਾਰੇ ਜਥੇਦਾਰ ਜਿਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਾਮਿਲ ਸਨ, ਉਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਸੀ ਕਿ ਰਾਸ਼ਟਰੀ ਸਿੱਖ ਸੰਗਤ ਜਿਹੜੀ ਆ ਇਹ ਸਿੱਖ ਵਿਰੋਧੀ ਇੱਕ ਜਥੇਬੰਦੀ ਆ। ਸੋ ਤੁਹਾਨੂੰ ਨਹੀਂ ਲੱਗਦਾ ਕਿ ਜੋ ਤੁਸੀਂ ਕਰ ਰਹੇ ਜੇ ਉਸ ਹਦਾਇਤ ਦੀ ਇੱਕ ਤਰੀਕੇ ਨਾਲ ਉਲੰਘਣਾ ਵਾ? ਦੇਖੋ ਜੀ, ਮੈਨੂੰ ਉਹ ਹਦਾਇਤ ਦਾ ਨਹੀਂ ਪਤਾ ਉਹ ਹਦਾਇਤ ਕਦੋਂ ਕੀਤੀ ਹੈ, ਪਰੰਤੂ ਜੇ ਰਾਜਸੀ ਤੌਰ 'ਤੇ ਕੋਈ ਹਦਾਇਤ ਕਰਦਾ ਉਹ ਜਥੇਦਾਰੀ ਦੇ ਕਾਬਲ ਹੀ ਨਹੀਂ। ਇਹਨਾਂ ਗੱਲਾਂ 'ਤੇ ਕੋਈ ਕਰਦਾ ਕਿ ਤੁਸੀਂ ਫਲਾਣੀ ਸਿਆਸੀ ਪਾਰਟੀ 'ਚ ਸ਼ਾਮਿਲ ਨਾ ਹੋ, ਸਭ ਤੋਂ ਪਹਿਲਾਂ ਕਾਂਗਰਸ ਖਿਲਾਫ਼ ਕਰਨੀ ਚਾਹੀਦੀ ਹੈ। ਅਤੇ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਉਹ ਜਿਹੜਾ ਹੈ ਉਲੰਘਣਾ ਕਰਦਾ, ਜੇ ਕੋਈ ਰਾਸ਼ਟਰੀ ਅਜਿਹਾ ਜਿਹਾ ਉਹ ਗਿਆਨੀ ਪੂਰਨ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਟੈਲੀਫੋਨ 'ਤੇ ਬੀਬੀ ਜੰਗੀਰ ਕੌਰ ਦੇ ਖਿਲਾਫ਼, ਇਹੋ ਜਿਹੇ ਹੁਕਮਨਾਮੇ ਕੋਈ ਜਾਰੀ ਕਰਦਾ, ਹੁਕਮਨਾਮੇ ਦੀ ਵੁਕਤ ਕੀ ਹੈ? ਕੋਈ ਜਿਹੜਾ ਹੈ ਵੀ ਅਸਲੀ ਹੁਕਮਨਾਮਾ ਉਹਦਾ ਕੋਈ ਤਰਕ ਵੀ ਹੋਣਾ ਚਾਹੀਦਾ, ਮੈਨੂੰ ਤਾਂ ਉਹਦਾ ਪਤਾ ਹੀ ਨਹੀਂ। ਮੈਂ ਕਹਿਣ ਦਾ ਮਤਲਬ ਹੈ ਵੀ ਜੋ ਸੰਤ ਜਰਨੈਲ ਸਿੰਘ ਕਹਿੰਦੇ ਆ, ਇਹ ਜੋ ਬਾਬਾ ਜੋਗਿੰਦਰ ਸਿੰਘ ਜਦੋਂ ਤੁਸੀਂ ਯੂਨਾਈਟਡ ਅਕਾਲੀ ਦਲ ਜੀ ਉਹ ਕਹਿੰਦੇ ਆਏ ਆ, ਔਰ ਜੋ ਤੁਹਾਡੀ ਹੁਣ ਵਿਚਾਰਧਾਰਾ ਵਾ ਔਰ ਜੋ ਰਾਸ਼ਟਰੀ ਸਿੱਖ ਸੰਗਤ ਦੀ ਵਿਚਾਰਧਾਰਾ, ਇਹਦੇ 'ਚ ਕੋਈ ਫਰਕ ਨਹੀਂ? ਬਿਲਕੁਲ ਕੋਈ ਫਰਕ ਨਹੀਂ।
ਮੈਨੂੰ ਜਦੋਂ ਮਾਲਵਾ ਦਾ ਮੈਂ ਇੰਚਾਰਜ ਬਣਿਆ, ਗੱਲਾਂ ਸਾਰੀਆਂ ਤੈਅ ਹੋਈਆਂ, ਬਿਲਕੁਲ ਕੋਈ ਫਰਕ ਨਹੀਂ। ਸੰਤ ਜਰਨੈਲ ਸਿੰਘ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਸਾਰੇ ਧਰਮਾਂ ਨੂੰ ਉੱਥੇ ਸਨਮਾਨ ਮਿਲੂਗਾ, ਸਾਰੇ ਧਰਮਾਂ ਦਾ ਅਸੀਂ ਸਨਮਾਨ ਕਰਾਂਗੇ, ਹਿੰਦੂ ਧਰਮ ਦਾ ਵੀ ਸਨਮਾਨ ਕਰਾਂਗੇ, ਅਤੇ ਖਾਲਸੇ ਦੀ ਇੱਕ ਆਜ਼ਾਦ ਹਸਤੀ ਹੋਵੇ, ਉਸ ਨੂੰ ਆਜ਼ਾਦੀ ਜਿਹੜੀ ਪੂਰਨ ਆਜ਼ਾਦੀ ਦੀ ਹਵਾ ਮਿਲ ਸਕੇ, ਉਹੀ ਗੱਲ ਅੱਜ ਅਸੀਂ ਰੱਖ ਰਹੇ, ਉਹੀ ਰਾਸ਼ਟਰੀ ਸਿੱਖ ਰਾਸ਼ਟਰੀ ਸਿੱਖ ਸੰਗਤ ਦੀ ਵਿਚਾਰਧਾਰਾ ਜਿਹੜੀ ਆ ਉਹ ਜੇ ਆਪਾਂ ਬਰੀਫਲੀ ਐਕਸਪਲੇਨ ਕਰਨੀ ਹੋਵੇ ਸੰਖੇਪ ਦੇ ਵਿੱਚ, ਉਹ ਕੀ ਆ? ਉਹ ਇਹ ਹੈ ਕਿ ਸਿੱਖ ਜਿਹੜੀ ਹੈ ਇੱਕ ਵੱਖਰੀ ਕੌਮ ਹੈ, ਉਹਨਾਂ ਉਹ ਕੇਸਾਧਾਰੀ ਹਿੰਦੂ ਨਹੀਂ ਹਨ, ਉਹਨਾਂ ਦੇ ਰੋਹ ਰੀਤੇ ਜਿਹੜੇ ਨੇ ਆਪਣੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਰੇਕ ਹੁਕਮਨਾਮੇ 'ਤੇ ਪਹਿਰਾ ਦਿੰਦੇ ਨੇ ਸਿੱਖ, ਅਤੇ ਉਹ ਹਿੰਦੂਆਂ ਦੇ ਸਿਰ ਦੇ ਤਾਜ ਨੇ। ਉਹਨਾਂ ਤੋਂ ਬਿਨਾਂ ਹਿੰਦੂ ਕੌਮ ਜਿਹੜੀ ਸੀ ਇੱਥੇ ਹਿੰਦੁਸਤਾਨ 'ਚ ਹੋ ਨਹੀਂ ਸਕਦੀ ਸੀ, ਹਿੰਦੂ ਧਰਮ ਨੇ ਇੱਥੋਂ ਖਤਮ ਹੋ ਜਾਣਾ ਸੀ, ਅਤੇ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਾਇਆ, ਅਤੇ ਸਿੱਖ ਪੰਥ ਜਿਹੜਾ ਕਾਇਮ ਹੋਇਆ। ਸਿੱਖ ਪੰਥ ਦੀ ਹਿੰਦੂ ਧਰਮ ਨੂੰ ਬੜੀ ਵੱਡੀ ਦੇਣ ਹੈ, ਇਸ ਲਈ ਉਹ ਇਸ ਤਰ੍ਹਾਂ ਚਾਹੁੰਦੇ ਹੈ ਕਿ ਜਿਹੜਾ ਖਾਲਸਾ ਰਾਜ ਦਾ ਸੰਕਲਪ ਹੈ ਉਹ ਪੂਰਾ ਹੋਵੇ ਹਿੰਦੁਸਤਾਨ ਦੇ ਵਿੱਚ। ਬਤੌਰ ਸਿੱਖ ਰਾਸ਼ਟਰੀ ਸਿੱਖ ਸੰਗਤ ਦੇ ਲੀਡਰ, ਤੁਸੀਂ ਜਗਤਾਰ ਸਿੰਘ ਹਵਾਰਾ ਅਤੇ ਹੋਰ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ, ਪਰ ਦੂਜੇ ਪਾਸੇ ਭਾਜਪਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਜਿਹੜੇ ਸਿੱਖ ਬੰਦੀ ਆ ਉਹਨਾਂ ਨੂੰ ਬਾਹਰਲੀਆਂ ਜੇਲ੍ਹਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ 'ਚ ਤਬਦੀਲ ਕਰਨ ਲਈ ਵੀ ਉਹ ਇਹਦਾ ਵੀ ਵਿਰੋਧ ਕਰ ਰਹੇ ਹਾਂ। ਬੜਾ ਵਧੀਆ, ਤੁਹਾਨੂੰ ਲੱਗਦੀ ਨਹੀਂ ਵੀ ਇਹ ਇੱਕ ਦੋਹਰੀ ਨੀਤੀ ਜਿਹੜੀ ਸਾਹਮਣੇ ਆ ਰਹੀ ਹੈ? ਦੇਖੋ, ਮੈਂ ਉਸ ਪ੍ਰਸ਼ਨ ਦਾ, ਤੁਸੀਂ ਪ੍ਰਸ਼ਨ ਬਹੁਤ ਵਧੀਆ ਕੀਤਾ, ਇਹ ਜਿਹੜਾ ਰਾਸ਼ਟਰੀ ਸਿੱਖ ਸੰਗਠਨ ਦੀ ਵਿਚਾਰਧਾਰਾ ਹੈ ਜੀ, ਜਿੰਨਾ ਚਿਰ ਰਾਸ਼ਟਰੀ ਸਿੱਖ ਸੰਗਠਨ ਇੱਕ ਬਹੁਤ ਮਜ਼ਬੂਤ ਸੰਗਠਨ ਨਹੀਂ ਬਣਦਾ ਜੀ, ਜਿਹੜਾ ਅਜੇ ਸ਼ੁਰੂਆਤੀ ਦੌਰ 'ਚ ਹੈ ਜੀ, ਉਹਨਾਂ ਚਿਰ BJP ਜਿਹੜਾ ਕਿ ਸਿਆਸੀ ਬਣ ਜਾਏ ਅਤੇ ਸਿਆਸੀ ਤੌਰ 'ਤੇ ਉਹਨਾਂ ਨੇ ਵਿਚਰਨਾ, ਆਪਣਾ ਵੋਟ ਬੈਂਕ ਇਕੱਠਾ ਕਰਨਾ, ਤਾਂ ਉਹਨਾਂ ਚਿਰ ਉਸ ਵਿਚਾਰਧਾਰਾ ਦੇ ਨਾਲ ਉਹ ਮਤਭੇਦ ਰੱਖਣਗੇ। ਜਦੋਂ ਅਸੀਂ ਤਕੜੇ ਹੋ ਗਏ ਤਾਂ ਉਹ ਕੋਈ ਮਤਭੇਦ ਰੱਖਣ ਦੀ ਹਸੀਅਤ ਦੇ ਵਿੱਚ ਹੀ ਨਹੀਂ ਆਉਣੇ ਹਾਂ। ਪਰ ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹਿੱਸਾ, RSS ਜਿਹੜੀ ਹੈ ਉਹ ਭਾਜਪਾ ਦਾ ਹਿੱਸਾ, ਸੋ ਇਹ ਤਾਂ ਇੱਕੋ ਹੀ ਸਾਰੀਆਂ ਜਥੇਬੰਦੀਆਂ ਵਾ? ਨਹੀਂ, ਭਾਜਪਾ ਦਾ ਹਿੱਸਾ ਨਹੀਂ ਹੈ। ਦੇਖੋ, ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਉਹ ਇੱਕ ਡੰਡੇ ਦੇ ਤੌਰ 'ਤੇ ਕੰਮ ਕਰਦੀ ਹੈ, ਜਿਹੜਾ ਅਸੂਲ ਜਿਹੜੇ ਆਪਦੇ ਇਹਨਾਂ ਨੂੰ ਮਨਵਾਉਣ ਦੀ ਹੈਸੀਅਤ ਵਿੱਚ ਹੈ ਭਾਜਪਾ ਤੋਂ। ਭਾਜਪਾ ਇੱਕ ਆਜ਼ਾਦ ਬੋਡੀ ਹੈ ਜਿਹੜੀ ਕਿ ਇਹਨਾਂ ਦੀ ਮਦਦ ਤੋਂ ਬਿਨਾਂ ਜਿੱਤ ਨਹੀਂ ਸਕਦੀ, ਕਿਸੇ ਵੀ ਉਹ ਜਿਹੜੀ ਹੈ ਇਹ ਚੋਣ ਦੰਗਲ ਹੋਵੇ ਉਹਦੇ 'ਚ ਜਿੱਤ ਨਹੀਂ ਸਕਦੀ, ਪਰੰਤੂ ਇਹ ਕਿ ਉਹਦਾ ਹਿੱਸਾ ਹੈ ਜਾਂ ਇਹ ਭਾਜਪਾ ਦੇ RSS ਮਤਹਿਤ ਹੈ ਜਾਂ RSS ਦੇ ਭਾਜਪਾ ਮਤਹਿਤ ਹੈ ਉਹ ਨਹੀਂ ਹੈ। ਜਿੰਨੀ ਤੁਸੀਂ ਹੈਸੀਅਤ ਦਿਖਾਓਗੇ ਆਪਦੀ, ਉਸੇ ਹੈਸੀਅਤ ਦੇ ਨਾਲ ਇਹ ਉਹਨਾਂ ਨੇ ਕੰਮ ਕਰਨਾ ਹੁੰਦਾ, ਫੈਸਲੇ ਲੈਣੇ ਹੁੰਦੇ ਆ। ਅਜੇ ਰਾਸ਼ਟਰੀ ਸਿੱਖ ਸੰਗਤ ਇੰਨਾ ਤਕੜਾਪਨ ਦਿਖਾ ਨਹੀਂ ਸਕੀ, ਜਦੋਂ ਇਹ ਦਿਖਾ ਦੂਗੀ ਤਾਂ ਇਹ ਜਿਹੜੇ ਫੈਸਲੇ ਉਹਨਾਂ ਨੂੰ ਮੰਨਣੇ ਪੈਣਗੇ। ਅਸੀਂ ਆਪਣੇ ਫੈਸਲੇ ਆਜ਼ਾਦਾਨਾ ਤੌਰ 'ਤੇ ਲੈਂਦੇ ਹਾਂ, ਕਿਸੇ BJP ਲੀਡਰ ਤੋਂ ਪੁੱਛਦੇ ਨਹੀਂ ਹਾਂ, ਉਹਨਾਂ ਦੀ ਸਹਿਮਤੀ ਦੀ ਲੋੜ ਨਹੀਂ ਹੈ। ਜੇ ਉਹ ਬੋਲਦੇ ਵੀ ਨੇ ਉਹਦੇ ਉਲਟ ਜਿਹੜਾ ਹੈਗਾ ਵੀ ਅਸੀਂ ਕਹਿੰਦੇ ਹਰੇਕ ਗੱਲ ਜਿਹੜੀ ਇਸ ਜਥੋ ਜਗਤਾਰ ਸਿੰਘ ਹਵਾਰਾ ਸਿੱਖ ਪੰਥ ਲਈ ਬੜੀ ਵੱਡੀ ਕੁਰਬਾਨੀ ਹੈ, ਇਹ ਬਲਵੰਤ ਸਿੰਘ ਰਾਜੇਆਣਾ ਬੜੀ ਵੱਡੀ ਕੁਰਬਾਨੀ ਹੈ, ਅੱਤਵਾਦੀ ਉਹਨਾਂ ਨੂੰ ਕਿਵੇਂ ਕਹਿ ਸਕਦੇ ਹਾਂ? ਉਹਨਾਂ ਨੇ ਕਿਸੇ ਨਿਰਦੋਸ਼ ਨੂੰ ਨਹੀਂ ਮਾਰਿਆ, ਬੇਅੰਤ ਸਿੰਘ ਚੀਫ ਮਿਨਿਸਟਰ ਦੇ ਆਪਦੇ ਹੱਥ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਸੀ। ਇਹ ਲੜਾਈਆਂ ਜਿਹੜੀਆਂ ਹਨ ਐਸੇ ਯੋਧੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿੱਚ ਵੀ ਕਾਰਨਾਮੇ ਕਰਦੇ ਰਹੇ ਹੈ, ਜਿਹੜੀ ਉਹਨਾਂ ਨੇ ਚੀਜ਼ ਕੀਤੀ ਹੈ ਬੇਅੰਤ ਸਿੰਘ ਨੇ ਕੀਤੀ ਹੈ, ਸਰਦਾਰ ਸੁਖਵੰਤ ਸਿੰਘ ਨੇ ਕੀਤੀ ਹੈ, ਸਰਦਾਰ ਬੇਅੰਤ ਸਿੰਘ ਨੇ ਕੀਤੀ ਹੈ, ਉਹ ਹਮੇਸ਼ਾ ਹੀ ਸਿੱਖਾਂ ਦੇ ਸ਼ਹੀਦ ਰਹਿਣਗੇ। ਉਹ ਨਿਰਦੋਸ਼ੀਆਂ ਨੂੰ ਨਹੀਂ ਮਾਰੀਆਂ, ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਉਹ ਇੰਦਰਾ ਗਾਂਧੀ ਲੱਗਦਾ ਵੀ ਹਾਂ ਜਿਹੜੀ ਵਿਚਾਰਧਾਰਾ ਵਾ ਇਹਦੇ ਨਾਲ RSS ਅਤੇ ਭਾਜਪਾ ਜਿਹੜੀ ਆ ਉਹ ਸਹਿਮਤ ਹੈ? ਦੇਖੋ ਜੀ, ਸਿੱਖ ਰਾਸ਼ਟਰੀ ਸਿੱਖ ਸੰਗਤ ਤਾਂ ਸਹਿਮਤ ਹੈ, ਜਦੋਂ ਮੇਰੇ ਰੋਜ਼ ਭਾਸ਼ਣ ਹੋ ਰਹੇ ਨੇ, ਮੈਂ ਉਹਨਾਂ ਦਾ ਮਾਲਵਾ ਇੰਚਾਰਜ ਹਾਂ, ਇਹਦੇ ਨਾਲੋਂ ਵੱਡੀ ਸਹਿਮਤੀ ਦੀ ਹੋਰ ਕੀ ਲੋੜ ਹੁੰਦੀ ਹੈ? RSS ਦੇ ਕਿਸੇ ਲੀਡਰ ਨਾਲ ਜਾਂ BJP ਦੇ ਲੀਡਰ ਨਾਲ ਮੇਰਾ ਕੋਈ ਰਾਬਤਾ ਨਹੀਂ ਹੈ, ਮੈਂ ਆਜ਼ਾਦਾਨਾ ਤੌਰ 'ਤੇ ਜਿਹੜੀ ਹੈ ਰਾਸ਼ਟਰੀ ਸਿੱਖ ਸੰਗਤ ਹੈ ਉਹ ਬਿਲਕੁਲ ਸਹਿਮਤ ਹੈ। ਸਰ ਰਾਜਦੇਵ ਸਿੰਘ, ਇੱਕ ਫੀਲਿੰਗ ਆ ਕਿ 1986 'ਚ ਜਦੋਂ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਹੋਇਆ ਸੀ, ਬਿਲਕੁਲ ਜੀ ਬਿਲਕੁਲ, ਇਹਦੀ ਸਥਾਪਨਾ ਹੋਈ ਸੀ, ਉਸ ਵੇਲੇ ਇੱਕ ਫੀਲਿੰਗ ਸੀਗੀ ਕਿ ਜਿਹੜੇ ਸਿੱਖ ਧਰਮ ਆ ਇਹਨੂੰ ਹਿੰਦੂ ਧਰਮ ਨੇ ਆਪਣੀ ਬੁੱਕਲ 'ਚ ਲੈਣ ਦੀ ਕੋਸ਼ਿਸ਼ ਕਰਨ ਵਾਸਤੇ ਇਹਦੀ ਸਥਾਪਨਾ ਕੀਤੀ ਹੈ? ਦੇਖੋ, ਇਹੀ ਤਰਾਸਦੀ ਜਿਹੜੀ ਹੈ ਸਿੱਖ ਧਰਮ ਦੀ ਇਹੀ ਰਹੀ ਹੈ ਕਿ ਉਹ ਅਫਵਾਹਾਂ 'ਤੇ ਯਕੀਨ ਕਰਦੇ ਆ, ਉਹ ਤਰਕ ਨਹੀਂ ਦੇਖਦੇ, ਉਹ ਇਤਿਹਾਸ ਨਹੀਂ ਪੜ੍ਹਦੇ, ਉਹ ਕਿਸੇ ਬਾਰੇ ਗਿਆਨ ਹਾਸਲ ਨਹੀਂ ਕਰਦੇ। ਇਹ ਏਜੰਸੀਆਂ ਪ੍ਰਚਾਰ ਕਰ ਰਹੀਆਂ ਨੇ, ਉਹ ਏਜੰਸੀਆਂ ਇੱਥੇ ਪ੍ਰਚਾਰ ਕਰ ਰਹੀਆਂ ਨੇ ਜਿਹੜੀਆਂ ਕਾਂਗਰਸ ਨੇ ਪੈਦਾ ਕੀਤੀਆਂ ਹੋਈਆਂ ਨੇ,
ਉਹ ਬਸ ਸਿੱਧੇ ਹੀ ਇਹ ਕਹੀ ਜਾਂਦੇ ਆ ਕਿ ਜੀ ਆਰ ਐੱਸ ਐੱਸ ਉਹਨਾਂ ਨੂੰ ਫੋਬੀਆ ਕਰ ਦਿਉ ਕਿ ਆਰ ਐੱਸ ਐੱਸ ਤਾਂ ਸਿੱਖਾਂ ਦੀ ਵਿਰੋਧੀ ਹੈ, ਆਰ ਐੱਸ ਐੱਸ ਖਤਮ ਹੈ, ਉਹ ਇਹਨਾਂ ਨੂੰ ਸਿੱਖਾਂ ਦੇ ਆਪਣੇ ਗਲਵੇ 'ਚ ਲੈਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਰਾਸ਼ਟਰੀ ਸਿੱਖ ਸੰਗਤ ਇਹ ਕਹਿ ਰਹੀ ਹੈ ਕਿ ਸਿੱਖ ਵੱਖਰਾ ਧਰਮ ਹੈ, ਉਹਦਾ ਹਿੰਦੂ ਧਰਮ ਦਾ ਹਿੱਸਾ ਨਹੀਂ, ਉਹ ਕੇਸਾਧਾਰੀ ਸਿੱਖ ਨਹੀਂ ਹਨ, ਅਤੇ ਫਿਰ ਉਸ 'ਤੇ ਗਲਵਾ ਪਾਉਣ ਦਾ ਕੀ ਮਤਲਬ ਹੈ? ਪਰ ਇੱਕ ਤੁਸੀਂ ਵੇਖਿਆ ਹੀ ਆ ਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਸੰਸਥਾਵਾਂ ਵਾਂ ਉਹ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਆ। 2009 ਦੇ ਵਿੱਚ ਆਰ ਐੱਸ ਐੱਸ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਪ੍ਰਧਾਨ ਸੀ ਇੱਥੇ ਰੁਲਦਾ ਸਿੰਘ, ਉਹਦੀ ਕੁਝ ਸਿੱਖ ਗਰਮਦਲੀਆਂ ਨੇ ਹੱਤਿਆ ਵੀ ਕਰਤੀ ਸੀ। ਸੋ ਤੁਹਾਨੂੰ ਲੱਗਦਾ ਵੀ ਹੁਣ ਅੱਗੇ ਨਾਲ ਹਾਲਾਤ ਕੋਈ ਵੱਖਰੇ ਆ ਕਿ ਹਾਲੇ ਵੀ ਉਹੀ ਜਿਹੜੇ ਗਰਮਦਲੀ ਹੈ? ਹਾਲੇ ਵੀ ਜਿਹੜੀ ਰੁਲਦਾ ਸਿੰਘ ਦਾ ਕਤਲ ਸੀ ਉਹ ਤੁਸੀਂ ਕਹਿਤਾ ਵੀ ਸਿੱਖ ਗਰਮਦਲੀਆਂ ਨੇ ਕਰਿਆ, ਅਸਲ 'ਚ ਰੁਲਦਾ ਸਿੰਘ ਨੂੰ ਪ੍ਰਧਾਨ ਬਣਾਤਾ ਰਾਸ਼ਟਰੀ ਸਿੱਖ ਸੰਗਤ ਦਾ, ਉਹ ਪਲਾਟਾਂ ਦਾ ਕਾਰੋਬਾਰ ਕਰਨ ਲੱਗ, ਪਲਾਟਾਂ 'ਤੇ ਕਬਜ਼ੇ ਕਰਨ ਦੇ ਉਹਨਾਂ ਦੇ ਰੌਲੇ ਸੀ, NRI ਦੇ ਪਲਾਟਾਂ 'ਤੇ, ਉਹਦੇ 'ਤੇ ਕਬਜ਼ਾ ਕਰ ਲਿਆ, ਉਹਦੇ 'ਤੇ ਫੌਜਦਾਰੀ ਕੇਸ ਬਣਾਤਾ, ਉੱਥੇ ਭੇਜਤਾ, ਉਹ ਵੇਚਤਾ। ਇਹ ਜਿਹੜਾ ਕਤਲ ਹੋਇਆ ਕਿਸੇ ਰਾਜਸੀ ਵਿਚਾਰਧਾਰਾ ਕਰਕੇ ਨਹੀਂ ਹੋਇਆ, ਇਹ ਜਿਹੜਾ ਕਤਲ ਹੋਇਆ ਆਰਥਿਕ ਮੁੱਦਿਆਂ 'ਤੇ ਹੋਇਆ, ਇਹ ਜਾਇਦਾਦਾਂ 'ਤੇ ਕਬਜ਼ਿਆਂ ਨੂੰ ਲੈ ਕੇ ਜਿਹੜਾ ਉਹਨਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਸ ਦੇ ਪਿੱਛੇ ਕਤਲ ਹੋਇਆ, ਕਿਸੇ ਸਿੱਖ ਗਰਮਦਲੀਏ ਨੇ ਉਹਦਾ ਕਤਲ ਨਹੀਂ ਕੀਤਾ। ਹੁਣ ਕੇਸ ਕਿਸੇ ਨੂੰ ਕਿਵੇਂ ਬਣਾਈ ਜਾਣ ਉਹਦਾ ਇਹਦੇ ਨਾਲ ਕੋਈ ਤਲਕ ਨਹੀਂ ਹੈ। ਬਾਕੀ ਸਿੱਖ ਜਥੇਬੰਦੀਆਂ ਦੀ ਗੱਲ ਕਰਦੇ ਹੋ, ਸਿੱਖ ਜਥੇਬੰਦੀਆਂ ਨੇ ਕਦੇ ਸੋਚ ਸਮਝ ਕੇ ਫੈਸਲਾ ਲਿਆ ਹੀ ਨਹੀਂ। ਬਤੌਰ ਰਾਸ਼ਟਰੀ ਸਿੱਖ ਸੰਗਤ ਦੇ ਲੀਡਰ ਤੁਹਾਨੂੰ ਕੀ ਜ਼ਿੰਮੇਵਾਰੀ ਦਿੱਤੀ ਗਈ ਹੈ? ਮੈਨੂੰ ਜ਼ਿੰਮੇਵਾਰੀ ਇਹੀ ਦਿੱਤੀ ਗਈ ਕਿ ਰਾਸ਼ਟਰੀ ਸਿੱਖ ਸੰਗਠਨ ਦੇ ਉਹੀ ਸਿਧਾਂਤਾਂ ਦਾ, ਜਿਹਨਾਂ ਬਾਰੇ ਮੈਂ ਤੁਹਾਡੇ ਨਾਲ ਹੁਣ ਗੱਲ ਕੀਤੀ ਹੈ ਕਿ ਸਿੱਖ ਵੱਖਰੀ ਕੌਮ ਨੇ ਉਸ ਤਰ੍ਹਾਂ, ਉਹ ਸਾਰੇ ਬਾਰੇ ਉਸ ਦਾ ਪ੍ਰਚਾਰ ਕਰਨਾ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਜੇ ਸਾਰੇ ਮਾਲਵੇ ਦੇ ਵਿੱਚ ਫੈਲਾਉਣਾ, ਇਹੀ ਮੈਨੂੰ ਜ਼ਿੰਮੇਵਾਰੀ ਦਿੱਤੀ ਆ। ਅਸੀਂ ਚਾਹੁੰਦੇ ਹਾਂ ਕਿ ਦਸਤਾਰਾਂ ਵਾਲੇ, ਖੁੱਲ੍ਹਿਆਂ ਦਾੜੇ ਵਾਲੇ ਅਤੇ ਬਾਣੀ ਵਿੱਚ ਜਿਹੜੇ ਪ੍ਰਪੱਠ ਨੇ ਉਹ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਮਿਲ, ਦਿਲ ਖੁਸ਼ ਹੋ ਜੇ, ਜਿੱਥੇ ਚਾਰੇ ਪਾਸੇ ਦਸਤਾਰਾਂ ਦਿਸਣ ਅਤੇ ਖੁੱਲ੍ਹੇ ਦਾੜੇ ਦਿਸਣ, ਕਿਰਪਾਨਾਂ ਪਾਈਆਂ ਦਿਸਣ, ਉਹੇ ਜੇ ਸਿੱਖਾਂ ਦੀ ਇਹ ਪੰਜਾਬ ਦੀ ਧਰਤੀ 'ਤੇ ਇਹ ਸਿੱਖਾਂ ਦੀ ਫੌਜ ਬਣਾਉਣ ਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਰਾਸ਼ਟਰੀ ਸਿੱਖ ਸੰਗਤ ਨੇ। 2017 ਦੀਆਂ ਚੋਣਾਂ 'ਚ ਰਾਸ਼ਟਰੀ ਸਿੱਖ ਸੰਗਤ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਕੀ ਭੂਮਿਕਾ ਨਿਭਾਊਗੀ? ਦੇਖੋ, ਰਾਸ਼ਟਰੀ ਸਵੈਮ ਸੇਵਕ ਸੰਘ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਉਹਨਾਂ ਦੇ ਕਿੰਨੀਓ ਬੋਲ ਨਹੀਂ ਸਕਦਾ, ਪਰੰਤੂ ਰਾਸ਼ਟਰੀ ਸਿੱਖ ਸੰਗਤ ਅਸੀਂ ਮੁੱਖ ਤੌਰ 'ਤੇ ਕਹਿ ਰਹੇ ਹਾਂ ਕਿ ਪਹਿਲਾਂ ਤਾਂ ਬਾਦਲ ਤੋਂ ਖਹਿੜਾ ਛੁਡਾਓ। ਜਿੰਨਾ ਚਿਰ ਬਾਦਲ ਤੋਂ ਖਹਿੜਾ ਨਹੀਂ ਛੁੱਟਦਾ ਇਹਨਾਂ ਦੇ BJP ਵਿੰਗ ਦਾ, ਜਿਹੜਾ ਰਾਜਸੀ ਵਿੰਗ ਹੈ, ਉਹਨਾਂ ਚਿਰ ਸਿੱਖਾਂ ਦੀ ਭਲਾਈ ਨਹੀਂ ਹੋ ਸਕਦੀ। ਇਹ ਤੋਂ ਖਹਿੜਾ ਛੁਡਾਇਆ ਜਾਵੇ ਅਤੇ ਆਜ਼ਾਦਾਨਾ ਤੌਰ 'ਤੇ ਚੋਣ ਲੜੀ ਜਾਵੇ। ਸੋ ਤੁਸੀਂ ਚਾਹੁੰਦੇ ਜੇ ਵੀ ਭਾਜਪਾ ਜਿਹੜੀ ਆ ਉਹ ਅਕਾਲੀ ਦਲ ਤੋਂ ਅੱਡ ਹੋ ਕੇ ਇਕੱਲਿਆਂ ਚੋਣ ਲੜੇ? ਹਾਂ, ਮੈਂ ਇਹ ਚੋਣ, ਇਹ ਸਾਰਾ ਜਿਹੜਾ ਹੈਗਾ ਰਾਸ਼ਟਰੀ ਸਿੱਖ ਸੰਗਤ ਦੇ ਬਹੁਤ ਗਿਣਤੀ ਵਰਕਰਾਂ ਦਾ ਇਹੀ ਵਿਚਾਰ ਹੈ, ਜਿੰਨਾ ਚਿਰ ਇਹਨਾਂ ਦੀ ਬੁੱਟਲ 'ਚ ਬੈਠੇ ਰਹਿਣਗੇ ਉਨਾ ਚਿਰ ਕੁਛ ਨਹੀਂ ਮਿਲਣਾ, ਕਿਉਂਕਿ ਉਹ ਕਹਿ ਦਿੰਦੇ ਆ ਕਿ ਸਿੱਖਾਂ ਦਾ ਪ੍ਰਤੀਨਿਧ ਬਾਦਲ ਹੈ, ਹਿੰਦੂਆਂ ਦੀ ਪ੍ਰਤੀਨਿਧ BJP ਹੈ। ਉਹ ਤਾਂ ਕਹਾਣੀ ਉਲਟ ਬਣਾਈ ਹੋਈ ਹੈ, ਇਸੇ ਕਰਕੇ ਅਫਵਾਹਾਂ ਫੈਲਦੀਆਂ ਨੇ। ਰਾਸ਼ਟਰੀ ਸਿੱਖ ਸੰਗਤ ਚਾਹੁੰਦੀ ਹੈ ਕਿ ਪੰਜਾਬ 'ਤੇ ਜਿਹੜਾ ਹੈਗਾ ਉਹ ਰਾਜ ਕਰਨਾ ਸਿੱਖਾਂ ਦਾ ਅਧਿਕਾਰ ਹੈ, ਪਰੰਤੂ ਉਸ ਦੇ ਵਿੱਚ ਬਾਦਲ ਨੂੰ ਪ੍ਰਤੀਨਿਧ ਮੰਨ ਕੇ ਅਸੀਂ ਖਤਮ ਕਰ ਦਿੰਦੇ ਹਾਂ ਸਾਰੀ ਗੱਲ ਕਿ ਬਾਦਲ ਪ੍ਰਤੀਨਿਧ ਹੈ। ਜਿੰਨੀ ਸਿੱਖ ਕੌਮ ਨਾਲ ਉਸ ਇਹ ਘਾਤਕ ਹਮਲਾ ਕੀਤਾ, ਸਿੱਖ ਕੌਮ ਦਾ ਨੁਕਸਾਨ ਕੀਤਾ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਜੀ, ਰਾਜਦੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ, ਸਾਡੇ ਨਾਲ ਗੱਲਬਾਤ ਕੀਤੀ, ਮਿਹਰਬਾਨੀ। ਇਹ ਸਨ ਰਾਜਦੇਵ ਸਿੰਘ ਖਾਲਸਾ, ਜਿਨ੍ਹਾਂ ਦਾ ਸਿਆਸੀ ਸਫ਼ਰ ਯੂਨਾਈਟਿਡ ਅਕਾਲੀ ਦਲ ਤੋਂ ਸ਼ੁਰੂ ਹੋਇਆ। ਇਸ ਨੂੰ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੇ ਉਸਾਰਿਆ ਸੀ। ਯੂਨਾਈਟਿਡ ਅਕਾਲੀ ਦਲ ਤੋਂ ਬਾਅਦ ਅਕਾਲੀ ਦਲ ਮਾਨ ਨਾਲ ਵੀ ਥੋੜ੍ਹੀ ਦੇਰ ਉਹ ਜੁੜੇ ਰਹੇ ਅਤੇ ਫਿਰ ਅਕਾਲੀ ਦਲ ਬਾਦਲ ਨਾਲ ਅਤੇ ਹੁਣ RSS ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਨਾਲ। ਇਸ ਸਫ਼ਰ ਦੀ ਦਾਸਤਾਨ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣੀਏ। ਨਮਸਕਾਰ, ਸਤਿ ਸ਼੍ਰੀ ਅਕਾਲ।